ਬਿਸਮਿਲ੍ਲਾਹਿਰਰਹਿਮਾਨਿਰਰਹੀਮ ਅਸਲਾਮ ਅਲੈਕੁਮ। ਕੀ ਹਾਲ ਚਾਲ ਹੈ ਤਮਾਮ ਭੈਣ ਭਾਈਆਂ ਦਾ? ਉਮੀਦ ਕਰਨੀ ਹੈ ਤੁਸੀਂ ਵੀ ਠੀਕ ਹੋ ਸੋ ਅਤੇ ਅੱਲਾਹ ਪਾਕ ਦਾ ਸ਼ੁਕਰ ਅਸੀਂ ਬਿਲਕੁਲ ਠੀਕ ਹਾਂ। ਜਿੱਥੇ ਰਹੋ ਖੁਸ਼ ਰਹੋ, ਬਾਦ ਰਹੋ, ਹਮੇਸ਼ਾ ਹੱਸਦੇ ਅਤੇ ਮੁਸਕਰਾਉਂਦੇ ਰਹੋ। ਅੱਜ ਦਾ ਜਿਹੜਾ ਵਲੌਗ ਹੈ, ਮੈਂ ਤਕਰੀਬਨ 4:00 ਦਾ ਟਾਈਮ ਹੋ ਗਿਆ ਕਿਉਂਕਿ ਸੁਬਹਾ ਤਾਂ ਕੋਈ ਨਹੀਂ ਖਾਣਾ ਬਣਾਇਆ ਅਤੇ ਖਾਣਾ ਵੀ ਖਾਇਆ ਕਿਉਂਕਿ ਨਾਵੀਂ ਸ਼ਰੀਫ ਹੈ ਅਤੇ ਜਿਹੜੇ ਫੌਤ ਹੋਏ ਹੁਣ ਉਹਨਾਂ ਨੂੰ ਖਤਮ ਦੀ ਪੈਣਾ ਅਤੇ ਮੈਂ ਜਿਹੜਾ ਨਾ ਹੁਣ ਪਕਾਵੇਂ ਲੱਗੀ ਹਾਂ ਆਲੂ। ਮੈਂ ਆ ਕੇ ਭੈਣ ਭਾਈਆਂ ਨਾਲ ਸ਼ੇਅਰ ਕਰ ਲਵੀਏ ਅਤੇ ਗੋਸ਼ਤ ਲਿਆ ਅਤੇ ਉਹ ਮੈਂ ਆ ਕੇ ਭੈਣ ਭਾਈਆਂ ਨਾਲ ਜਿਹੜਾ ਨਾ ਸ਼ੇਅਰ ਕਰ ਲਵੀਏ ਅਤੇ ਸਾਲਾਂ ਜਿਹੜਾ ਮਾਸ਼ਾਅੱਲਾ ਪੱਕਦਾ ਪਿਆ ਅਤੇ ਨਾਲ ਜਿਹੜਾ ਮੈਂ ਆਟਾ ਹੀ ਬਣਾ ਕੇ ਰੱਖ ਲਿਆ ਅਤੇ ਆਟਾ ਬਣਾ ਕੇ ਅਤੇ ਮੈਂ ਆਖਿਆ ਜਿਹੜਾ ਨਾ ਉਸ ਤੋਂ ਬਾਅਦ ਜਿਹੜਾ ਨਾ ਤੰਦੂਰੀ ਬਾਲ ਲੈਂਦੇ ਹਾਂ। ਤੰਦੂਰੀ ਬਾਲ ਕੇ ਅਤੇ ਫਿਰ ਜਿਹੜਾ ਨਾ ਰੋਟੀਆਂ ਲਾ ਲਈ ਸਾਂ ਅਤੇ ਬਾਕੀ ਜਿਹੜਾ ਸੁਆਹ ਕੱਢ ਕੇ ਰੱਖ ਦਿੱਤੀ ਹੈ ਅਤੇ ਹੁਣ ਬਾਲ ਲੈਂਦੇ ਹਾਂ ਤੰਦੂਰੀ ਅਤੇ ਨਾਲ ਦਾ ਨਾਲ ਤੁਹਾਡੇ ਨਾਲ ਸ਼ੇਅਰ ਵੀ ਕਰ ਲੈਂਦੇ ਹਾਂ ਅਤੇ ਨਾਲ ਰੋਟੀਆਂ ਵੀ ਪਕਾ ਲੈਂਦੇ ਹਾਂ ਅਤੇ ਬਾਕੀ ਜਿਹੜੀ ਬੱਕਰੀ ਹੈ ਨਾ ਉਹਨੂੰ ਵੀ ਬਹੁਤ ਜ਼ਿਆਦਾ ਪਿਆਸ ਲੱਗੀ ਹੋਈ ਹੈ ਅਤੇ ਉਹਨੂੰ ਚੱਲ ਕੇ ਪਾਣੀ ਪੀ ਲੈਂਦੇ ਹਾਂ ਅਤੇ ਨਾਲੇ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਬਾਕੀ ਜਿਹੜਾ ਹੁਣ ਬਾਲ ਲੈਂਦੇ ਹਾਂ ਤੰਦੂਰੀ ਉਹ ਵੀ ਭੈਣ ਭਾਈਆਂ ਨਾਲ ਸ਼ੇਅਰ ਕਰਨੇ ਹਾਂ। ਸਾਲਾਂ ਜਿਹੜਾ ਨਾਲ ਦਾ ਨਾਲ ਪੱਕ ਗਿਆ ਸੀ ਅਤੇ ਉਸ ਤੋਂ ਬਾਅਦ ਜਿਹੜਾ ਨਾਲ ਤੰਦੂਰੀ ਬਾਲ ਗਿਆ ਸੀ ਨਾਲ ਦੇ ਨਾਲ ਪਕਾ ਲੈਂਦੇ ਹਾਂ ਰੋਟੀਆਂ ਅਤੇ ਤੰਦੂਰੀ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਥਾਪੀਆਂ ਜੋੜ ਦਿੰਦੇ ਹਾਂ। ਥਾਪੀਆਂ ਜੋੜ ਕੇ ਅਤੇ ਮੁੜ ਤੀਲੀ ਛੇਕ ਕੇ ਅਤੇ ਮੁੜ ਤੁਹਾਡੇ ਨੂੰ ਸ਼ੇਅਰ ਕਰਨੇ ਹਾਂ। ਬਾਕੀ ਜਿਹੜਾ ਬੱਕਰੀ ਨੂੰ ਪਾਣੀ ਪਿਵਾ ਦਿੰਦੇ ਹਾਂ ਭਾਈ ਨੂੰ ਸ਼ੇਅਰ ਕਰ ਲਵੇ। ਪਾਣੀ ਪੀਵਾ ਕੇ ਅਤੇ ਮੁੜ ਜਿਹੜਾ ਉਹਨੇ ਠਹਿਰ ਕੇ ਇਹਦੇ ਵਾਸਤੇ ਘਾਹ ਲਾਇਆ ਸੌਂਕ ਕਿਉਂਕਿ ਗਰਮੀ ਬੜੀ ਹੈ ਤਾਂ ਵਾਸਤੇ ਬੰਦਾ ਕਮ ਅਜ਼ ਕਮ ਦਿਹਾੜੀ 2-3 ਵਜੇ ਤੱਕ ਜਾਵੇ। ਚਲੋ ਜੀ ਹੁਣ ਤੇਰੇ ਵਾਸਤੇ ਚਾਰਾ ਜਿਹੜਾ ਨਾ ਇੱਥੋਂ ਕੱਟ ਲੈਂਦੇ ਹਾਂ, ਕੱਟ ਕੇ ਅਤੇ ਇਹਨੂੰ ਪਾ ਦਿੰਦੇ। ਹਾਂਜੀ ਜੀ, ਅਤੇ ਹੁਣ ਜਿਹੜਾ ਨਾ ਇੱਥੋਂ ਘਾਹ ਕੱਢ ਲੈਂਦੇ। ਬਾਕੀ ਜਿਹੜਾ ਰੋਟੀ ਭਾਜੀ ਉਹ ਨਾਲ ਪੱਕਦਾ ਪਿਆ, ਮੈਂ ਚੱਲ ਥੋੜ੍ਹਾ ਜਿਹਾ ਕੱਟ ਕੇ ਅਤੇ ਉਹਨੂੰ ਪਾ ਦਿੰਦੇ। ਬਾਕੀ ਜਿਹੜਾ ਘਾਹ ਪੱਟ ਲਿਆ ਪੱਟ ਕੇ ਅਤੇ ਹੁਣ ਜਿਹੜਾ ਚੜ ਕੇ ਉੱਥੇ ਪਾ ਕੇ ਅਤੇ ਇਹਨੂੰ ਬੰਨ ਦਿੰਦੇ। ਬਾਕੀ ਜਿਹੜਾ ਹੁਣ ਬੱਕਰੀ ਨੂੰ ਜਿਹੜਾ ਘਾਹ ਪਾ ਦਿੱਤਾ, ਘਾਹ ਪਾ ਕੇ ਅਤੇ ਰੱਖ ਦਿੱਤਾ, ਮੈਂ ਕਿ ਚੱਲ ਹੁਣ ਤੂੰ ਘਾਹ ਖਾ ਅਤੇ ਮੈਂ ਜਿਹੜਾ ਤੰਦੂਰੀ ਅਤੇ ਚੁੱਲ੍ਹੇ ਦਾ ਪਤਾ ਕਰ ਲੈਂਦੀ ਹਾਂ ਸਾਲਾਂ ਪੱਕਾ ਕਿ ਨਹੀਂ। ਮਾਸ਼ਾਅੱਲਾ ਜਿਹੜਾ ਬੱਕਰੀ ਸਹੀ ਘਾਹ ਖਾ ਰਹੀ ਅਤੇ ਇੱਧਰ ਜਿਹੜਾ ਨਾ ਸਾਲਾਂ ਨਹੀਂ ਮਾਸ਼ਾਅੱਲਾ ਹੋ ਗਿਆ ਅਤੇ ਨਾਲ ਦੇ ਨਾਲ ਜਿਹੜਾ ਨਾ ਕਿਉਂਕਿ ਤੰਦੂਰੀ ਵਗੈਰਾ ਘਰ ਲਗਾਈ ਹੋਈ ਹੋਵੇ ਨਾ ਤਾਂ ਬੜੀ ਸਾਵਾਂ ਲਾਉਂਦੀ ਅਤੇ ਮਾਸ਼ਾਅੱਲਾ ਇੱਦਾਂ ਹੀ ਤੰਦੂਰੀ ਬਾਲ ਰਹੀ, ਨਾਲ ਦੇ ਨਾਲ ਸਾਲਾਂ ਨਹੀਂ ਬਣਦੇ ਆ। ਅਤੇ ਨਾਲ ਦੇ ਨਾਲ ਮਹਿਮਾਨ ਵੀ ਆ ਗਏ, ਭਾਈ ਆਸਿਫ ਹੋਰੀ ਆ ਬੈਠੇ ਅਤੇ ਮੈਂ ਆਖਿਆ ਜਿਹੜਾ ਨਾ ਸਾਲਾਂ ਜਲਦੀ ਜਲਦੀ ਤਿਆਰ ਕਰ ਲਈ। ਮਾਸ਼ਾਅੱਲਾ ਬਹੁਤ ਸਾਲਾਂ ਨਹੀਂ ਬਣ ਗਿਆ।
ਹਾਂਜੀ ਦੀਦੀ ਬਾਈ ਆ ਸਫ਼ਰ ਜਿਹੜਾ ਮੈਂ ਘਰ ਜਾਊਂ ਤਿਆਰੀ ਹੋ ਰਹੀ ਘਰ ਚੱਲੇ ਨੇ ਅੱਜ ਸਾਡੇ ਵੇਲੇ ਰਹਿ ਪੋ ਸ਼ੇਅਰ ਕਰ ਲਵੀਏ ਤੇ ਨਾਲ ਦਾ ਨਾਲ ਜਿਹੜਾ ਮਾਸ਼ਾਅੱਲਾ ਸਾਲਾਂ ਨੇ ਉਹ ਵੀ ਤਿਆਰ ਹੋ ਗਿਆ ਅਤੇ ਹੁਣ ਜਿਹੜਾ ਨਾ ਖਾ ਲਈਆਂ ਖਾ ਕੇ ਅਤੇ ਉਸ ਤੋਂ ਬਾਅਦ ਜਿਹੜਾ ਨਾ ਮੇਰਾ ਸਾਰਿਆਂ ਨਾਲ ਬੱਗੀ 'ਚ ਵੱਡਾ ਜਿਹੜਾ ਬੇਟਾ ਫੌਤ ਹੋਇਆ ਹੋਇਆ ਹੈ ਹੁਣ ਦੀ ਕਬਰ 'ਤੇ ਜਾਣਾ ਅਤੇ ਨਾਲ ਦਾ ਨਾਲ ਭੈਣ ਭਾਈਆਂ ਨੂੰ ਵੀ ਖਾਵਾਂਗੇ ਅਤੇ ਬਾਕੀ ਭਾਈ ਅੱਬੂ ਰਹਿਰੇ ਦੀ ਬੇਟੀ ਹੈ ਉਹਨਾਂ ਦੀ ਕਬਰ 'ਤੇ ਵੀ ਜਾਣਾ ਅਤੇ ਭਾਈ ਫਹਿਰ ਸਾਹਿਬ ਦੀ ਬੇਟੀਆਂ ਉਹਨਾਂ ਦੀ ਕਬਰ 'ਤੇ ਵੀ ਜਾਣਾ ਚੱਲ ਕੇ ਤੁਹਾਡੇ ਨਾਲ ਸ਼ੇਅਰ ਕਰਨਾ ਪਹਿਲੇ ਖਾਂਦੇ ਹਾਂ ਖਾਣਾ ਖਾਣਾ ਖਾ ਕੇ ਸਕੂਨ ਨਾਲ ਤਕਰੀਬਨ 5 ਦਾ ਟਾਈਮ ਹੋ ਗਿਆ ਅਤੇ ਇਹੀ ਹੁਣ ਸ਼ਾਮ ਦੀ ਅਤੇ ਇਹੀ ਦੁਪਹਿਰ ਦੀ ਅਤੇ ਖਾ ਕੇ ਫਿਰ ਚੱਲਣੇ ਹਾਂ ਕਿਉਂਕਿ ਮੋਟਰਸਾਈਕਲ ਤਾਂ ਖਰਾਬ ਹੈ ਤੁਰ ਕੇ ਜਾਣਾ ਉਦੋਂ ਜਿਹੜਾ ਨਾ ਕਹਾਂਗੇ ਅੱਬੂ ਦੁਮ ਨੂੰ ਕਿ ਆਦ ਮੋਟਰਸਾਈਕਲ ਸਾਨੂੰ ਛੱਡ ਗਿਆ ਅਤੇ ਨਾਲੇ ਸ਼ੇਰ ਜਾਣ ਦਾ ਸੂਟ ਜਿਹੜਾ ਨਾ ਪੰਮੀ 10 ਮੁਹਰਮ ਹੈ ਅਤੇ ਸ਼ੇਰ ਜਾਣ ਦਾ ਸੂਟ ਜਿਹੜਾ ਉਹ ਵੀ ਸਿੱਖਣਾ ਦਿੱਤਾ ਹੋਇਆ ਅਤੇ ਉਦੋਂ ਉਹ ਵੀ ਲੈ ਕੇ ਆਉਣਾ ਅਤੇ ਤਾਂ ਵਾਸਤੇ ਮੈਂ ਤੁਰ ਕੇ ਲੱਗ ਜਾਂਦੇ ਹਾਂ ਸਾਰੀਆਂ ਪੱਕ ਗਈਆਂ ਮਾਸ਼ਾਅੱਲਾ ਭੁੱਖ ਤਾਂ ਜਿਵੇਂ ਬੜੀ ਲੱਗੀ ਹੋਈ ਹਾਂਜੀ ਜੀ ਅਤੇ ਮਾਸ਼ਾਅੱਲਾ ਜਿਹੜਾ ਨਾ ਅਸੀਂ ਚੱਲੇ ਹਾਂ ਕਬਰਗੁਸਤਾਨ ਅਤੇ ਬੱਗੀ ਛੱਗੀ ਸ਼ੇਰ ਜਾਨ ਅਤੇ ਉਹਦਾ ਪਾਪਾ ਬੱਗੀ ਕਿੱਦਾਂ ਜਾਊਂ ਮੈਂ ਕਿਤੇ ਕਿਹੜੇ ਕਾਕੇ ਲੈ ਵੱਡੇ ਬਾਹੂ ਵੱਲੇ ਅੱਛਾ ਛੱਗੂ ਤੂੰ ਕਿਤੇ ਜਾਊ ਅਲਾ ਚਲੋ ਸਹੀ ਹੁਣ ਅਸੀਂ ਜਾਂਦੇ ਪਿਆ ਹਾਂਜੀ ਜੀ ਅਤੇ ਮਾਸ਼ਾਅੱਲਾ ਜਿਹੜਾ ਨਾ ਅੱਜ ਅਸੀਂ ਟੁਰ ਕੇ ਸਫ਼ਰ ਕਰ ਰਹੇ ਹਾਂ ਅਤੇ ਬੜਾ ਹੀ ਮੁਸ਼ਕਿਲ ਹੈ ਬਹੁਤ ਔਖਾ ਅੱਲਾ ਕਰਦਾ ਕੁ ਪੈਸੇ ਹੁੰਦੇ ਮੋਟਰਸਾਈਕਲ ਸਹੀ ਕਰਵਾਈਨੇ ਆ ਨਹੀਂ ਤਾਂ ਟੁਰਿਆ ਨਹੀਂ ਜਾਂਦਾ ਬਹੁਤ ਮੁਸ਼ਕਿਲ ਹੈ ਅਤੇ ਅੱਜ ਤਾਂ ਬੱਗੀ ਛੱਗੀ ਦਾ ਪਾਪਾ ਜਿਹੜਾ ਨਾ ਉਹ ਵੀ ਟੁਰਿਆ ਮੋਟਰਸਾਈਕਲ ਗਰੇ ਹੀ ਪਿਆ ਅੱਲਾ ਹਿੰਮਤ ਦਿੰਦਾ ਤੁਹਾਨੂੰ ਜੁੜੇ ਹਾਂਜੀ ਜੀ ਅਤੇ ਮਾਸ਼ਾਅੱਲਾ ਜਿਹੜਾ ਸੀ ਹਨ ਕਾਫੀ ਜ਼ਿਆਦਾ ਸਫ਼ਰ ਕਰ ਰਿਹਾ ਹਾਂ ਅਤੇ ਜੀ ਜਿਹੜਾ ਨਾ ਤਕਰੀਬਨ 1 ਕਿਲੋਮੀਟਰ ਜਾਂ 1.5 ਕਿਲੋਮੀਟਰ ਰਹਿੰਦਾ ਅਤੇ ਵਿੱਚੋਂ ਵਿੱਚੋਂ ਪਾਉਂਦਾ ਜਾਂਦੇ ਹਾਂ ਕਿ ਸਫ਼ਰ ਮੁੱਕ ਜਾਵੇ ਬੱਗੀਆਂ ਦੇ ਵਿੱਚੋਂ ਵਿੱਚੋਂ ਚੱਲੀਏ ਤਾਂ ਕਿ ਜਲਦੀ ਆਪਾਂ ਪਹੁੰਚ ਜਾਈਏ ਤੇ ਚੱਲਣੇ ਆ ਜੀ ਹੁਣ ਕਾਕੇ ਲੈ ਜਾ ਰਹੇ ਆ ਤੇ ਅਲੀ ਕਬਰਾਂ ਵੀ ਅਵੀ ਰ ਬਣਾਣੀ ਆ ਤੇ ਕੋਈ ਹੋਰ ਨਹੀਂ ਬਣਾ ਹਾਂਜੀ ਜੀ ਤਾਂ ਮਾਸ਼ਾਅੱਲਾ ਜਿਹੜਾ ਨਾਲ ਦਾ ਨਾਲ ਅਸੀਂ ਪਹੁੰਚ ਆਏ ਆ ਮੁੰਗੀ ਕੋਲ ਐ ਦੇਖੋ ਜੀ ਐ ਦੇਖੋ ਜੀ ਮਾਸ਼ਾਅੱਲਾ ਮੁੰਗੀ ਤਾਂ ਜਿਹੜੀ ਕਾਫੀ ਜ਼ਿਆਦਾ ਹੀ ਲੱਗ ਗਈ ਹੁਣ ਅਸਾਂ ਚੁਗਾਈ ਇਨਸ਼ਾਅੱਲਾ ਤਰੋੜ ਓ ਨਾ
ਆ ਤਾਂ ਬਿਲਕੁਲ ਐ ਤਾਂ ਬਿਲਕੁਲ ਹੀ ਪੱਕ ਗਿਆ ਹੈ। ਮੈਂ ਕਦੋਂ ਮੈਂ ਵੀ ਬਾਤ ਦੇ ਹੁਣ ਆ ਕੱਚੀ ਮਾਸ਼ਾਅੱਲਾ ਜਿਹੜਾ ਨਾ ਸਫ਼ਰ ਜਿਹੜਾ ਨਾ ਥੋੜ੍ਹਾ ਜਿਹਾ ਰਹਿ ਗਿਆ, ਫਿਰ ਚੱਲਣੇ ਆ ਅਤੇ ਮਾਸ਼ਾਅੱਲਾ ਜਿਹੜੀ ਖੱਜੀ ਹੈ ਨਾ ਇਦੋਂ ਵੇਖੋ ਜੀ ਕਿੱਡੇ ਪਿਆਰੇ ਆ, ਦੂਸਰਾ ਲੱਗੀ ਖਲੀ ਮੂੰਗੀ ਹੈ ਨਾ ਬਹੁਤ ਹੀ ਮਾਸ਼ਾਅੱਲਾ। ਹੁਣ ਵੈਸੇ ਚੁਗਾਈ ਕਰਨੀ ਇਨਸ਼ਾਅੱਲਾ ਮਾਸ਼ਾਅੱਲਾ ਬਹੁਤ ਪਿਆਰੀ ਹੈ। ਬਾਕੀ ਜਿਹੜਾ ਤੂੰ ਸਾਡੇ ਨਾਲ ਨਾਲ ਰਹਿਣਾ ਅਤੇ ਹੁਣ ਚੱਲਣੇ ਆ ਅੱਗੇ। ਹਾਂਜੀ ਜੀ ਅਤੇ ਗੁਸਤਾਨ ਵਿੱਚ ਅਸੀਂ ਆ ਗਏ ਅਤੇ ਭੈਣੇ ਚੱਲੇ ਹਾਂ ਬਾਈ ਫੈਸਲ ਦੀ ਧੀ ਦੀ ਕਬਰ 'ਤੇ ਅਤੇ ਨਾਲੇ ਜਿਹੜਾ ਨਾ ਮੇਰੀ ਦਾਦੀ ਦੀ ਕਬਰ 'ਤੇ ਅਤੇ ਚੱਲ ਕੇ ਉੱਥੇ ਭੈਣ ਮਈਆਂ ਨੂੰ ਉਹਦੇ ਦੀ ਦੀ ਕਬਰ 'ਤੇ ਆ ਇੱਥੇ ਆ ਵੇਖੋ ਆ ਜੀ ਇਹ ਬਾਈ ਫੈਸਲ ਦੀ ਬੇਟੀ ਹਾਂ ਜੀ ਮੇਰੀ ਦਾਦੀ ਦੀ ਸ਼ੇਰਜਾਨ। ਹਾਂਜੀ ਜੀ ਅਤੇ ਮਾਸ਼ਾਅੱਲਾ ਜਿਹੜਾ ਗੁਸਤਾਨ ਹੈ ਕਾਫੀ ਜ਼ਿਆਦਾ ਸਫ਼ਰ ਆ ਅਤੇ ਪਹੁੰਚ ਆਇਆ ਅਤੇ ਭਾਈ ਅਬੂਰਹਿਰੇ ਦੀ ਜਿਹੜੀ ਬੇਟੀ ਮੌਤ ਹੋਈ ਇਹ ਭਾਈ ਅਬੂਰਹਿਰੇ ਦੀ ਭਾਬੀ ਹੋਰਾਂ ਦੀ ਕਾਕੀ ਹੈ, ਇਹ ਮੇਰਾ ਦਾਦਾ ਤੇਰਾ ਦਾਦਾ ਉਹਦੇ ਦੋ ਦਾਦੇ ਚੱਲ ਤੇਰੇ ਹੀ ਦਾਦੇ ਉਹ ਕਿਸੇ ਹੋਰ ਦੀ ਜਿਹੜੇ ਮੇਰੇ ਬੇਟੇ ਦੀ ਖਬਰ ਹੈ ਉਹਦੇ ਤੇ ਜੀ ਹੋਣ ਜਾਣਾ ਅੱਜ ਸ਼ੇਰ ਜਾ ਸਾਡੇ